ਬਟਾਲਾ ਦੇ ਡੇਰਾ ਰੋਡ 'ਤੇ ਨਿਹੰਗ ਸਿੰਘ ਅਤੇ ਇੱਕ ਸ਼ਹਿਰ ਦੇ ਨੌਜਵਾਨ ਵਿੱਚ ਮਾਮੂਲੀ ਗੱਲ ਨੂੰ ਲੈ ਕੇ ਤਕਰਾਰ ਹੋ ਗਈ। ਤਕਰਾਰ ਇੰਨੀ ਜ਼ਿਆਦਾ ਵੱਧ ਗਈ ਕਿ ਨਿਹੰਗ ਸਿੰਘ ਵੱਲੋਂ ਨੀਰਜ ਵਰਮਾ 'ਤੇ ਵਾਰ ਕਰ ਦਿੱਤਾ ਗਿਆ। ਨੀਰਜ ਵਰਮਾ ਨਾਮਕ ਨੌਜਵਾਨ ਜੋ ਜ਼ੇਰੇ ਇਲਾਜ ਹੈ ਨੇ ਆਪਣੀ ਹੱਡਬੀਤੀ ਸੁਣਾਉਂਦਿਆਂ ਪ੍ਰਸ਼ਾਸਨ ਪਾਸੋਂ ਇਨਸਾਫ਼ ਦੀ ਮੰਗ ਕੀਤੀ। ਮੈਂ ਉੱਥੋਂ ਜਿੱਦਾਂ ਹੀ ਨਿਕਲਿਆ ਵਾਂ ਅਤੇ ਮੇਰੇ ਸਾਹਮਣੇ ਉਹਨਾਂ ਨੇ ਨਾ ਇੱਕ ਨਿਹੰਗ ਦੇ ਵਿੱਚ ਦੋ ਨਿਹੰਗਾਂ ਵਿੱਚ ਇੱਕ ਨਿਹੰਗ ਨੇ ਨਾ ਉੱਥੇ ਇੱਕ ਖੜ੍ਹੇ ਵਿਅਕਤੀ ਨੂੰ ਜਿਹੜਾ ਮੋਨਾ ਸੀ ਜਿਹੜਾ ਕਿ ਮੇਰੇ ਵਰਗਾ ਹਿੰਦੂ ਸੀ ਉਹਨੂੰ ਚਪੇੜਾਂ ਮਾਰੀਆਂ, ਚਪੇੜਾਂ ਮਾਰ ਕੇ ਉਹਨੂੰ ਦੌੜਾਇਆ ਉੱਥੋਂ ਦੀ। ਠੀਕ ਹੈ, ਤੁਸੀਂ ਸਿਗਰਟ ਬੀੜੀ ਪੀਣ ਡਿਆ ਤੈਨੂੰ ਨਹੀਂ ਪਤਾ ਹੈਗਾ, ਉਹ ਖੋਖੇ 'ਤੇ ਖੜ੍ਹਾ ਸੀ। ਹਾਲਾਂਕਿ ਉਹ ਅੰਡਿਆਂ ਦਾ ਖੋਖਾ ਸੀ, ਉਹ ਅੰਡੇ ਵੇਚਣ ਡਿਆ ਤਾ, ਉਹ ਆਪਣੀ ਸਿਗਰਟ ਬੀੜੀ ਲਗਾਉਣ ਡਿਆ। ਉਹਨੂੰ ਕਹਿੰਦਾ ਉਹ ਕਹਿੰਦਾ ਉਹ ਅੱਗੋਂ ਕਹਿਣ ਡਿਆ ਕਿ ਮੈਨੂੰ ਥੋੜ੍ਹਾ ਪਤਾ ਭਾਅ ਜੀ, ਮੈਂ ਥੋੜ੍ਹਾ ਉਹਨੂੰ ਕਹਿਣ ਡਿਆ ਪੀ ਇੱਥੇ ਕਰਨ। ਕਹਿੰਦਾ ਤੈਨੂੰ ਮੈਂ ਤੇਰਾ ਕੱਲ੍ਹ ਤੋਂ ਉੱਥੇ ਅੱਡਾ ਨਹੀਂ ਲੱਗਣ ਦੇਣਾ ਹੈਗਾ। ਮੈਂ ਬਿਲਕੁਲ ਜਦੋਂ ਲਾਗੇ ਆ ਗਿਆ ਮੈਂ ਇੱਕ ਸੈਕਿੰਡ ਵਾਸਤੇ ਉੱਥੇ ਰੁਕ ਗਿਆ ਕਿ ਕੀ ਗੱਲ ਹੋਣ ਡੀ ਹੈਗੀ ਹੈ। ਅਤੇ ਮੈਂ ਕਿਹਾ ਜੀ ਬਾਬਾ ਜੀ ਕੀ ਗੱਲ ਹੋਈ ਹੈਗੀ ਹੈ, ਤੁਸੀਂ ਇਹਨੂੰ ਇੱਦਾਂ ਕਿਉਂ ਕਹਿ ਰਹੇ ਹੋ? ਕਹਿੰਦਾ ਇਹਨੂੰ ਕਿੰਨੀ ਵਾਰੀ ਕਿਹਾ ਵਾ ਇੱਥੇ ਸਿਗਰਟਾਂ ਬੀੜੀਆਂ ਪਿਆਣ ਡਿਆ ਵਾ, ਇਹਨੂੰ ਪਤਾ ਨਹੀਂ ਹੈਗਾ? ਮੈਂ ਕਿਹਾ ਇਹ ਕਦੋਂ ਇਹਨੇ ਅੱਡਾ ਲਗਾਇਆ ਹੈਗਾ? ਕਹਿੰਦਾ ਇਹਨੂੰ 20 ਸਾਲ ਹੋ ਗਏ। ਮੈਂ ਕਿਹਾ ਬਾਬਾ ਤੁਸੀਂ ਕਿੰਨੇ ਦਿਨ ਹੋ ਗਏ ਤੁਹਾਨੂੰ ਅੱਡਾ ਲਗਾਇਆ? ਕਹਿੰਦਾ ਮੈਨੂੰ ਹੁਣ 15 ਦਿਨ ਹੋ ਗਏ। ਮੈਂ ਕਿਹਾ ਬਾਬਾ ਜੀ ਉਹ 20 ਸਾਲ ਤੋਂ ਉੱਥੇ ਅੱਡਾ ਲਗਾਉਣ ਡਿਆ, ਤੁਸੀਂ 15 ਦਿਨ ਹੋਏ ਨੇ, ਤੁਸੀਂ ਉਹਨੂੰ ਕਹਿਣ ਡੇ ਤੇਰਾ ਅੱਡਾ ਚੁਕਾ ਦਾਂਗੇ? ਮੈਂ ਕਿਹਾ ਇਹ ਗੱਲ ਗਲਤ ਹੈਗੀ ਹੈ, ਇੰਨੀ ਗੱਲ ਕਹਿਣ ਦੀ ਗੱਲ ਹੋਈ ਹੈ। ਬਸ ਉਹਨੂੰ ਤਾਲਚਾ ਚੜ ਗਿਆ, ਉਹਨੂੰ ਗੁੱਸਾ ਚੜ ਗਿਆ ਕਿ ਇਹਨੇ ਮੈਨੂੰ ਗਲਤ ਕਿਹਾ ਹੈ ਕਿੱਦਾਂ ਦਿੱਤਾ। ਫਿਰ ਉਸ ਤੋਂ ਬਾਅਦ ਜੀ ਤੈਨੂੰ ਮੈਂ ਦੱਸਣਾ ਪੰਜਾਬੀ ਦੇ ਵਿੱਚ, ਉਹ ਸਮਝਦਾ ਕਿ ਮੈਂ ਭਈਆ ਭੂਈਆ ਹੈਗਾ, ਕਿਤੋਂ ਬਾਹਰੋਂ ਆਇਆ ਦਾ ਵਾ ਕਿਤੇ ਸ਼ਾਇਦ, ਕਿ ਇੱਦਾਂ ਮੈਂ ਰਾਹ ਗਿਰੀ, ਕਿਉਂਕਿ ਲਾਗੇ ਹੀ ਸਟੇਸ਼ਨ ਹੈਗਾ ਵਾ, ਲੋਕ ਉੱਥੇ ਅੱਜ ਦੇ ਸਮੇਂ ਦੇ ਵਿੱਚ ਇਸ ਵੇਲੇ ਤੁਹਾਨੂੰ ਪਤਾ ਪੰਜਾਬ ਸਾਡੇ ਪੰਜਾਬ 'ਚ ਇਸ ਵੇਲੇ ਫਸਲਾਂ ਲੱਗਣ ਡੀਆਂ ਨੇ, ਝੋਨਾ ਲੱਗਣ ਡਿਆ ਵਾ, ਅਤੇ ਪਰਦੇਸੀ ਵੀ ਆਏ ਹੁੰਦੇ ਨੇ। ਉਹਨੇ ਮੈਨੂੰ ਇਹੀ ਸਮਝਿਆ ਸ਼ਾਇਦ ਕਿ ਤੂੰ, ਮੈਂ ਤੈਨੂੰ ਸਮਝਾਉਂਦਾ ਪੰਜਾਬੀ 'ਚ ਮੈਂ ਕੌਣ ਆ ਕੀ ਹੈ। ਮੈਂ ਕਿਹਾ ਮੈਂ ਵੀ ਪੰਜਾਬੀ ਹੈਗਾ, ਮੈਂ ਵੀ ਇੱਥੋਂ ਦਾ ਰਹਿਣ ਵਾਲਾ ਵਾਂ, ਦੱਸੋ ਕੀ ਗੱਲ ਕਰਨੀ, ਦੱਸੋ ਗੱਲ ਕਰਨੀ। ਮੈਂ ਕਰਨਾ ਗੱਲ ਤਾਂ ਰੁਕ ਜਾ, ਮਗਰੋਂ ਆ ਕੇ ਬਰਛਾ ਨਾਲ ਫੜ ਗਏ ਅਤੇ ਮੇਰੇ 'ਤੇ ਮਾਰਨ ਦਾ ਹਮਲਾ ਕੀਤਾ। ਮੈਂ ਆਪਣੇ ਬਚਾਅ ਲਈ ਉਹਨਾਂ ਨੂੰ ਰੋਕ ਕੇ ਮੈਂ ਫੜ ਲਿਆ, ਅਤੇ ਫਿਰ ਇਹ ਮੇਰੇ ਕੋਲ ਛੁੜਾਉਣ ਦੀ ਕੋਸ਼ਿਸ਼ ਕੀਤੀ, ਇਹਨਾਂ ਮੇਰੇ ਕੋਲ ਛੁੜਾ ਨਹੀਂ ਪਾਏ। ਇਕੱਲੇ ਨੇ ਬੜਾ ਜ਼ੋਰ ਲਾਇਆ, ਛੁੜਾ ਨਹੀਂ ਪਾਏ ਮੇਰੇ ਕੋਲ। ਮੁੜ ਕੇ ਇਹਨੇ ਦੂਜੇ ਨੇ ਵੇਖਿਆ ਕਿ ਇਹ ਇਕੱਲਾ ਇੱਕੋ ਮਤਲਬ ਸੰਭਾਲਿਆ ਨਹੀਂ ਜਾਣ ਡਿਆ, ਦੂਜੇ ਨਿਹੰਗ ਨੇ ਮਗਰੋਂ ਆ ਕੇ ਮੇਰੇ 'ਤੇ ਹਮਲਾ ਕਰ ਦਿੱਤਾ। ਕਿਸ ਚੀਜ਼ ਨੇ ਕੀਤਾ ਮੈਨੂੰ ਨਹੀਂ ਪਤਾ, ਕਿ ਮੇਰੇ ਮਗਰੋਂ ਦੇ ਆ ਕੇ ਹਮਲਾ ਕੀਤਾ ਹੈਗਾ। ਮੈਂ ਹਮਲਾ ਇੰਨਾ ਜ਼ੋਰ ਦੀ ਕੀਤਾ, ਮੈਂ ਸੜਕ 'ਤੇ ਜਾ ਕੇ ਦੇਖਿਆ। ਇਸ ਤੋਂ ਬਾਅਦ ਇਹਨਾਂ ਨੇ ਮੇਰੇ 'ਤੇ ਕੀ ਵਰਸਾਇਆ ਵਾ, ਕੀ ਕੀਤਾ, ਮੈਨੂੰ ਹੋਸ਼ ਹੀ ਨਹੀਂ ਰਹੀ। ਜਦੋਂ ਮੈਨੂੰ ਹੋਸ਼ ਆਈਏ ਤਾਂ ਮੈਨੂੰ ਅੱਖਾਂ ਦਾ ਧੁੰਦਲਾ ਹੋ ਗਿਆ ਮੇਰਾ ਬਿਲਕੁਲ ਹੀ, ਕੁਛ ਸੈਕਿੰਡ ਵਾਸਤੇ ਮੇਰੇ ਇੱਥੇ ਮੱਥੇ 'ਤੇ ਲੱਗੀਆਂ ਜੀ, ਇੱਥੇ ਮੋਢੇ 'ਤੇ ਲੱਗੀਆਂ ਨੇ ਸੱਟਾਂ, ਕਿਉਂਕਿ ਇਹਨਾਂ ਨੇ ਵਰਸਾਈ ਗਏ ਨੇ, ਆਪਣਾ ਬਚਾਅ ਕੀਤਾ। ਮੇਰੇ ਆਹ ਬਾਹਾਂ 'ਤੇ ਲੱਗੀਆਂ ਨੇ ਪੂਰੀ ਸੱਟਾਂ, ਹੱਥਾਂ 'ਤੇ ਲੱਗੀ ਹੈ ਬੋਡੀ 'ਤੇ ਉੱਪਰ ਸਾਰੀ। ਉੱਧਰ ਦੂਜੇ ਪਾਸੇ ਨਿਹੰਗ ਸਿੰਘ ਨੇ ਆਪਣਾ ਪੱਖ ਪੇਸ਼ ਕਰਦਿਆਂ ਦੱਸਿਆ ਕਿ ਉਸਦੀ ਨੀਰਜ ਵਰਮਾ ਨਾਲ ਮਾਮੂਲੀ ਤਕਰਾਰ ਹੋਈ ਸੀ, ਬਾਕੀ ਨੀਰਜ ਵਰਮਾ ਵੱਲੋਂ ਲਗਾਏ ਸਾਰੇ ਆਰੋਪ ਬੇਬੁਨਿਆਦ ਨੇ। ਬਾਬਾ ਜੀ ਗੱਲ ਇੱਦਾਂ ਹੋਈ ਆ ਵੀ ਆਹ ਗੱਡੀ ਸਾਡੀ ਹੋਈ ਪੰਚਰ, ਇਹਨੂੰ ਅਸੀਂ ਸ਼ਾਮੀ ਪਈ ਟਾਇਰ ਨੂੰ ਪੰਚਰ ਲਵਾ ਕੇ ਲਿਆਂਦਾ ਵਾ, ਲਿਆ ਕੇ ਆਪਣਾ ਟਾਇਰ ਕੱਸਿਆ ਵਾ, ਮੁੜ ਕੇ ਅਸੀਂ ਆਪਣੀ ਗੱਡੀ ਧੋਣ ਡਏ ਹਾਂ। ਗੱਡੀ ਧੋਣ ਡਏ ਹਾਂ, ਇੱਥੇ ਆਂਡਿਆਂ ਵਾਲਾ ਅੱਡਾ ਲੱਗਾ ਆਂਡਿਆਂ ਦਾ, ਇਹਦੇ ਲਾਗੇ ਮੁੰਡੇ ਨੇ ਆ ਕੇ ਭਈਏ ਨੇ ਅਤੇ ਆਂਡੇ ਲਏ ਆ, ਅਤੇ ਉਹ ਆ ਕੇ ਇੱਥੇ ਬੀੜੀ ਪੀਣ ਡਿਆ ਪਿਆ। ਉਹਨੂੰ ਕਾਕੇ ਸਾਡੇ ਨੇ ਡੱਕਿਆ ਵੀ ਭਈਆ ਬੀੜੀ ਨਾ ਪੀ, ਉਹ ਕਹਿੰਦਾ ਬਾਬਾ ਜੀ ਨਹੀਂ ਪੀਂਦਾ। ਉਹਨੇ ਬੀੜੀ ਸੁੱਟ ਕੇ ਅਤੇ ਉਹ ਕਹਿੰਦਾ ਹੱਥ ਜੋੜ ਕੇ ਕਹਿੰਦਾ ਬਾਬਾ ਜੀ ਮੈਂ ਨਹੀਂ ਪੀਂਦਾ ਬੀੜੀ। ਉਹ ਆਂਡਿਆਂ ਵਾਲਾ ਬੰਦਾ ਆਪਣਾ ਕੰਮ ਕਰਨ ਡਿਆ ਪਿਆ ਵਾ, ਅਸੀਂ ਆਪਣਾ ਕੰਮ ਕਰਨ ਡਿਆ ਪਿਆ। ਉਹ ਮੁੰਡਾ ਉੱਧਰੋਂ ਆਇਆ ਪਰਲੀ ਸਾਈਡ ਤੋਂ ਆ ਕੇ ਕਹਿੰਦਾ ਵੀ ਕੀ ਗੱਲ ਹੋਈ ਆ। ਉਹ ਕਾਕੇ ਸਾਡੇ ਨੇ ਦੱਸਿਆ ਵੀ ਆਹ ਗੱਲ ਹੋਈ ਆ, ਇਹ ਬੀੜੀ ਪੀਂਦਾ ਵਾ, ਇਹਨੂੰ ਅਸੀਂ ਡੱਕਿਆ। ਉਹ ਕਹਿੰਦਾ ਵੀ ਤੁਹਾਨੂੰ ਬਾਬਾ ਜੀ ਇਹਨੂੰ ਕਿੰਨਾ ਚਿਰ ਹੋਇਆ ਇੱਥੇ ਅੱਡਾ ਲਾਇਆ ਇਹਨੂੰ? ਉਹ ਅੰਦਾਜ਼ੇ ਨਾਲ ਉਹਦੇ ਮੂੰਹ ਨਿਕਲਿਆ, ਕਹਿੰਦਾ ਇਹਨੂੰ ਹੋ ਗਏ ਹੋਣਗੇ 20 ਸਾਲ। ਕਹਿੰਦਾ ਤੁਹਾਨੂੰ ਕਿੰਨਾ ਕੁ ਹੋਇਆ?
ਕਹਿੰਦਾ ਸਾਨੂੰ ਹੋ ਗਏ ਹੁਣ 20-25 ਦਿਨ ਅਤੇ ਕਹਿੰਦਾ ਤੁਸੀਂ ਕਿੱਦਾਂ ਬੀੜੀ ਪੀਣਾ ਨੂੰ ਡੱਕ ਸਕਦੇ ਜੇ? ਉਹ ਕਹਿੰਦਾ ਵੀ ਅਸੀਂ ਤਾਂ ਡੱਕਣਾ, ਉਹ ਹੋਰ ਕਹਿੰਦਾ ਵੀ ਅਸੀਂ ਪੀਣੀਆਂ ਤੁਸੀਂ ਡੱਕੋ, ਇਸੇ ਗੱਲੋਂ ਹੀ ਗੱਲ ਖਾਮ ਖਾ ਹੋ ਗਈ ਹੈ ਜੀ, ਹੋਰ ਗੱਲ ਕੋਈ ਨਹੀਂ। ਉੱਧਰ ਮਾਮਲੇ ਦੀ ਤਫਤੀਸ਼ ਕਰ ਰਹੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਫਿਲਹਾਲ ਹਸਪਤਾਲ ਵਿੱਚ ਜ਼ੇਰੇ ਇਲਾਜ ਨੀਰਜ ਵਰਮਾ ਦੇ ਬਿਆਨ ਦਰਜ ਕਰ ਲਏ ਗਏ ਨੇ, ਬਾਕੀ ਤਫਤੀਸ਼ ਜਾਰੀ ਹੈ, ਜੋ ਵੀ ਦੋਸ਼ੀ ਪਾਇਆ ਗਿਆ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਹ ਸਰ ਇੱਦਾਂ ਸੀ ਵੀ ਰਾਤ ਨਾ ਇਹ ਕਿਤੇ ਆਪਣੇ ਉੱਧਰੋਂ ਆਉਣ ਡੇ ਸੀ ਵਾਲ ਕਟਿੰਗ ਕਰਕੇ, ਨੀਰਜ ਵਰਮਾ ਹੋਣੀ ਉੱਥੇ ਨਿਹੰਗ ਸੀ ਕਿ ਕਿਤੇ ਨਿਹੰਗਾਂ ਦੇ ਨਾਲ ਇਹਨਾਂ ਦੀ ਕੋਈ ਤੂੰ ਤੂੰ ਮੈਂ ਹੋ ਗਿਆ ਉਸੇ ਦੇ ਵਿੱਚ, ਉਹਨਾਂ ਦੇ ਵਿੱਚ ਕੋਈ ਕੁੱਟਮਾਰ ਵੀ ਹੋਈ ਜਾਣਾ ਦੋਵਾਂ ਦੀ ਨਿਹੰਗ ਦੀ ਅਤੇ ਇਹਨਾਂ ਦੀ। ਉਹ ਨਿਹੰਗ ਦੇ ਉਹ ਦੋ ਜਣੇ ਸੀ, ਪਿਓ ਪੁੱਤ ਸੀਗੇ ਇਹਨਾਂ ਦੇ, ਨਾ ਸੱਟ ਸੁੱਟ ਲਾ ਦਿੱਤੀ ਅਤੇ ਰਾਤ ਨੂੰ ਦਾਖਲ ਕਰਾਤਾ ਸੀ ਹੋਸਪਿਟਲ, ਅਤੇ ਹੋਸਪਿਟਲ ਵਿੱਚ ਆਪਾਂ ਰਾਤੀ ਆਏ ਸੀਗੇ ਅਤੇ ਡਾਕਟਰ ਨੇ ਇਹਨਾਂ ਨੂੰ ਅਨਫਿਟ ਕਰਾ ਦਿੱਤਾ ਅਤੇ MLR ਸਾਡੇ ਕੋਲ ਆ ਗਈ ਆ ਅਤੇ ਹੁਣ ਅਸੀਂ ਆਏ ਹਾਂ ਇਹਨਾਂ ਦੇ ਬਿਆਨ ਹਾਸਲ ਕਰਨ ਵਾਸਤੇ, ਅਤੇ ਡਾਕਟਰ ਸਾਹਿਬ ਨੇ ਫਿੱਟ ਲਿਖਤਾ ਉਹਨਾਂ ਦੇ ਫਿੱਟ ਲਿਖ ਕੇ ਅਤੇ ਇਹਨਾਂ ਦੇ ਹੁਣ ਬਿਆਨ ਹਾਸਲ ਕਰਕੇ ਅਤੇ ਮੁਕੱਦਮਾ ਦਰਜ ਕਰਨ ਲੱਗੇ ਹਾਂ ਨਿਹੰਗ ਦੇ ਖਿਲਾਫ਼। ਜੋ ਵੀ ਬਣਦੇ ਬਿਆਨਾਂ ਦੇ ਉੱਤੇ ਜੋ ਵੀ ਕਾਰਵਾਈ ਹੋਊਗੀ ਆਪਾਂ ਕਰਨ ਲੱਗੇ ਹਾਂ, ਜੋ ਵੀ ਜੇ ਜਿਹੜੀ ਸੱਟਾਂ ਇਹਦੀਆਂ ਦੇ ਕਲੀਅਰ ਕਰਕੇ ਡਾਕਟਰ ਦੱਸਣਗੇ ਉਹਦੇ ਮੁਤਾਬਿਕ ਕਾਰਵਾਈ ਹੋਊਗੀ, ਨਵੇਂ ਕਾਨੂੰਨ ਦੇ ਅਧੀਨ ਕਾਰਵਾਈ ਹੋਊਗੀ।